ਅਸਲਾਮੁਆਲਿਕਮ ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਉਮੀਦ ਕਰਨੀ ਹੈ ਤੁਸੀਂ ਸਭ ਖੈਰ-ਖਰੀਅਤ ਨਾਲ ਹੋਵੋ ਕਿ ਅੱਜ ਮੈਂ ਜਿਸ ਟਾਪਿਕ ਤੇ ਗੱਲ ਕਰਨ ਜਾ ਰਹੀ ਹਾਂ ਮੈਂ ਬਹੁਤ ਹੀ ਅਫਸੋਸ ਅਤੇ ਬਹੁਤ ਹੀ ਅਫਸੋਸ ਨਾਲ ਪਰ ਨਾ ਕਰ ਰਹੀ ਇੱਕ ਮੁਸਲਮਾਨ ਹੋਣ ਦੇ ਨਾਤੇ ਤانوں ਸਭ ਨੂੰ ਹੀ ਪਤਾ ਹੈ ਕਿ ਇਜ਼ਰਾਈਲ ਦੇ ਇਸ ਟੰਕ ਕੀ ਹਾਲਾਚਰ ਹੈ ਇਜ਼ਰਾਈਲ ਨਹੀਂ ਅੱਲਾ ਮਾਫ ਕਰੇ ਨਹੀਂ ਪੂਰੇ ਨਹੀਂ ਖਰਾਬ ਹਾਲਾਚਰ ਹੈ ਉਹਨਾਂ ਦੇ ਵੀਡੀਓ ਸਾਡੇ ਕੋਲ ਦੇਖਿਆ ਨਹੀਂ ਜਾਂਦੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਮਾਵਾਂ ਦੇ ਸਾਹਮਣੇ ਬੱਚੇ ਸ਼ਹੀਦ ਕਿਤੇ ਜਾ ਰਹੇ ਨੇ ਬੱਚਿਆਂ ਸਾਹਮਣੇ ਮਾਵਾਂ ਛੋਟੇ ਛੋਟੇ ਮਾਸੂਮ ਬੱਚੇ ਨੇ ਉਹਨਾਂ ਦੇ ਸਾਹਮਣੇ ਆਲੇ ਮਾਵਾਂ ਜਦੋਂ ਸ਼ਹੀਦ ਹੋ ਰਹੇ ਨੇ ਉਹਨਾਂ ਦੀ ਕੀ ਕੰਡੀਸ਼ਨ ਹੋਵੇਗੀ ਕੜਾ ਸਮਝ ਤੋਂ ਬੱਚੇ ਜਿਹਾ ਮਾਵਾ ਸਾਹਮਣੇ ਸ਼ਹੀਦ ਹੋ ਰਿਹਾ ਉਸ ਤਰ੍ਹਾਂ ਦੇਖੀ ਕੰਡੀਸ਼ਨ ਹੈ ਕਿ ਹਾਂ ਮੈਂ ਮੰਨੀ ਹੈ ਅਸੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ ਕਮ ਅਸ ਕਮ ਇੱਕ ਮੁਸਲਮਾਨ ਹੋਣ ਦੇ ਨਾਤੇ ਸਾਨੂੰ ਇੱਕ ਹੀ ਚੀਜ਼ ਕਰਨੀ ਚਾਹੀਦੀ ਇੱਕ ਤੇ ਮਹੀਨ ਰਮਜ਼ਾਨ ਦਾ ਮਹੀਨਾ ਹੈ ਅਸੀਂ ਉਹਨਾਂ ਵਾਸਤੇ ਬਹੁਤ ਸਾਰੇ ਦੁਆ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੀ ਇਸਰਾਈਲ ਦੀ ਕੰਪਨੀ ਹੈ ਅਮਰੀਕਨ ਕੰਪਨੀ ਹੈ ਹਾਲੇ ਕੈਚਅਪ ਕੋ ਕਾਫੀ ਕੰਪਨੀਆਂ ਨੇ ਕਿਉਂ ਨਾ ਸੋ ਉਹਨਾਂ ਨਾਲ ਬਾਈਕਾਟ ਕਰ ਬਾਈ ਕੱਟ ਕਰਨਾ ਬਹੁਤ ਹੀ ਮੁਸ਼ਕਲ ਹੈ ਮੈਂ ਇਹ ਨਹੀਂ ਕਹਿੰਦੀ ਇੱਕਦਮ ਬਾਈ ਕੱਟ ਕਰੋ ਲੇਕਿਨ ਆਹستہ ਆਹستہ ਉਹ ਚੀਜ਼ਾਂ ਕਮ ਇਸਤੇਮਾਲ ਕਰੋ ਪਲੀਜ਼ ਪਲੀਜ਼ ਮੁਸਲਮਾਨ ਹੋਣ ਦੇ ਨਾਤੇ ਮੇਰੀ ਗੱਲ ਤੇ ਓਰ ਵੀ ਕਜ਼ੂਰ ਕਰੀਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ